ਪਿੰਡ ਆਲੂਪੁਰ ਦੇ ਉੜੀਸਾ 'ਚ ਸੰਬਲਪੁਰ 'ਚ ਤੈਨਾਤ ਬੋਟਾ ਸਿੰਘ ਪੁੱਤਰ ਕਰਨੈਲ ਸਿੰਘ ਦੀ ਭੇਤ ਭਰੇ ਹਾਲਾਤਾਂ ਵਿੱਚ ਆਈ ਡੈੱਡ ਬਾਡੀ ਦਾ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਵੱਲੋਂ ਦਿੱਤੇ ਵਿਸ਼ਵਾਸ ਸਦਕਾ ਅੱਜ ਦੂਸਰੇ ਦਿਨ ਕਰੀਬ 12 ਵਜੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ। ਇਸ ਮੌਕੇ ਉੜੀਸਾ ਤੋਂ ਆਈ CRPF ਫੌਜ ਦੀ ਟੁਕੜੀ ਦੇ DSP ਸੁਨੀਲ ਕੁਮਾਰ ਸਿੰਘ ਨੇ SDM ਸਦੂਰਗੜ੍ਹ ਲਤੀਫ ਅਹਿਮਦ ਅਤੇ DSP ਸਦੂਰਗੜ੍ਹ ਸੰਜੀਵ ਗੋਇਲ ਦੀ ਅਗਵਾਈ ਵਿੱਚ ਅਤੇ ਪਰਿਵਾਰ ਵੱਲੋਂ ਆਪਣੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਸਲਾਮੀ ਦੇ ਕੇ ਉਹਨਾਂ ਦਾ ਸੰਸਕਾਰ ਕੀਤਾ। ਮ੍ਰਿਤਕ ਫੌਜੀ ਦੀ ਮਾਤਾ ਸ਼ਮਿੰਦਰ ਕੌਰ ਅਤੇ ਛੋਟੇ ਭਰਾ ਸਵਰਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਬੂਟਾ ਸਿੰਘ ਅਤੇ ਪੰਜਾਬ ਦੇ ਕਈ ਹੋਰ ਫੌਜੀ ਆਪਣੀ ਡਿਊਟੀ ਦੌਰਾਨ ਆਏ ਸਨ, ਜਿਨ੍ਹਾਂ ਦੇ ਕਮਾਂਡੈਂਟ ਨੇ ਉਹਨਾਂ ਨੂੰ ਹਾਜ਼ਰ ਸਮਝਦਿਆਂ ਕੁਝ ਦਿਨ ਆਪਣੇ ਪਿੰਡ ਜਾਣ ਦੀ ਆਗਿਆ ਦੇ ਦਿੱਤੀ। ਉਹ 22 ਮਈ ਨੂੰ ਸਾਰੇ ਪਰਿਵਾਰ ਨੂੰ ਮਿਲ ਕੇ ਪੂਰੀ ਖੁਸ਼ੀ ਦੇ ਨਾਲ ਵਾਪਸ ਡਿਊਟੀ 'ਤੇ ਚਲਾ ਗਿਆ, ਜਿਸ ਨੂੰ ਭਰਤੀ ਹੋਇਆਂ ਅਜੇ 2 ਸਾਲ ਹੀ ਹੋਏ ਸਨ। ਪਰਿਵਾਰ ਨੇ ਫੌਜ ਵੱਲੋਂ ਆਤਮ ਹੱਤਿਆ ਕਰਨ ਦੇ ਸੁਨੇਹੇ ਨੂੰ ਨਕਾਰਦਿਆਂ ਕਿਹਾ ਕਿ ਪੋਸਟਮਾਰਟਮ ਹੋਣਾ ਚਾਹੀਦਾ ਅਤੇ ਉਸ ਦੀ ਮੁਕੰਮਲ ਜਾਂਚ ਦੀ ਪਰਿਵਾਰ ਨੇ ਮੰਗ ਕੀਤੀ। ਇਸ ਮੌਕੇ SDM ਲਤੀਫ ਅਹਿਮਦ ਨੇ ਕਿਹਾ ਕਿ ਪਰਿਵਾਰ ਨੂੰ ਮੌਤ ਦੇ ਸ਼ੱਕ ਹੋਣ ਅਤੇ ਉਹਨਾਂ ਦੇ ਬੇਟੇ ਫੌਜੀ ਦੀ ਮੌਤ ਦੀ ਪੁਖਤਾ ਤਸੱਲੀ ਨਾ ਹੋਣ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਉੜੀਸਾ ਦੇ ਪ੍ਰਸ਼ਾਸਨ ਵੱਲੋਂ ਲਿਖਤੀ ਤੌਰ 'ਤੇ ਪੂਰੀ ਤਸੱਲੀ ਕਰਵਾਈ ਜਾਵੇਗੀ। ਸਵਰਨ ਸਿੰਘ, ਤੁਹਾਡੇ ਬ੍ਰਦਰ ਦੀ ਡੈਥ ਹੋਈ ਸੀ, ਕੱਲ੍ਹ ਡੈੱਡ ਬੋਡੀ ਤੁਸੀਂ ਸੰਸਕਾਰ ਨਹੀਂ ਕੀਤਾ, ਅੱਜ ਤੁਹਾਡੀ ਜਿਹੜੀ ਪ੍ਰਸ਼ਾਸਨ ਨੇ ਤੁਹਾਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਕਾਰਵਾਈ ਕਰਾਂਗੇ, ਪੜਤਾਲ ਕਰਕੇ ਤੁਹਾਨੂੰ ਪੁਖਤਾ ਇਨਸਾਫ ਦਾਜੂਗਾ, ਤੁਸੀਂ ਕੀ ਸੰਤੁਸ਼ਟ ਹੋ ਅਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ, ਵੀ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਾਰਨ, ਵੀ ਕਾਰਨ ਕੀ ਹੈ, ਬਸ ਸੰਤੁਸ਼ਟ ਹੈ। ਠੀਕ, ਸੰਸਕਾਰ ਨਹੀਂ ਕੀਤਾ, ਉਹ ਕਹਿੰਦੇ ਵੀ ਸਾਡਾ ਜਿਹੜਾ ਜਵਾਨ ਹੈ ਸ਼ਹੀਦ ਨਹੀਂ ਸ਼ਹੀਦ ਹੋਇਆ, ਪਰੰਤੂ ਇਸ ਨੂੰ ਆਤਵਾਦ ਦੂਜਾ ਆਤਮ ਹੱਤਿਆ ਕੀਤੀ ਜਾਂਦੀ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿਹੜੀ ਇਨਕੁਐਸਟ ਰਿਪੋਰਟ ਹੈ ਉਹਦੇ ਵਿੱਚ ਤਾਂ ਇਹੀ ਹੈ ਕਿ ਇਹਨਾਂ ਨੇ ਸੁਸਾਈਡ ਕੀਤਾ ਹੈਗਾ, ਪਰ ਫਿਰ ਵੀ ਅਸੀਂ ਪਰਿਵਾਰ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਗਰ ਇਹਨਾਂ ਨੂੰ ਲੱਗਦਾ ਹੈਗਾ ਵੀ ਕੁਛ ਅਦਰਵਾਈਜ਼ ਇਹਨਾਂ ਕੋਈ ਸ਼ੱਕ ਹੈ ਕਿਸੇ ਕਿਸਮ ਦੀ ਵੀ, ਤਾਂ ਡੀ ਸਾਹਿਬ ਦੇ ਥਰੂ ਅਸੀਂ ਉੱਥੋਂ ਦੇ ਡਿਪਟੀ ਕਮਿਸ਼ਨਰ ਤੋਂ, SSP ਸਾਹਿਬ ਦੇ ਥਰੂ, ਉੱਥੋਂ ਦੇ SSP ਸਾਹਿਬ ਤੋਂ ਇਹਦੀ ਰੀਇਨਵੈਸਟੀਗੇਸ਼ਨ ਵੀ ਕਰਵਾ ਦਾਂਗੇ। ਪਰ ਇੱਦਾਂ ਦੀ ਸੰਸਥਾਵਾਂ ਨੇ ਇਹ ਵੀ ਜਿੱਥੇ ਇਸ ਤਰ੍ਹਾਂ ਦਾ ਕੁਛ ਨਹੀਂ ਕੀਤਾ ਜਾਂਦਾ ਕਿਸੇ ਵੀ ਨੌਜਵਾਨ ਨਾਲ, ਇੱਦਾਂ ਦੀ ਗੱਲ ਨਹੀਂ ਹੁੰਦੀ, ਪਰ ਫਿਰ ਵੀ ਜੇ ਪਰਿਵਾਰ ਦੀ ਸੰਤੁਸ਼ਟੀ ਇਸ ਗੱਲ 'ਚ ਹੁੰਦੀ ਹੈ ਕਿ ਦੁਬਾਰਾ ਇਨਵੈਸਟੀਗੇਟ ਕੀਤਾ ਜਾਵੇ, ਅਸੀਂ ਕਰਵਾ ਦਾਂਗੇ। ਥੈਂਕ ਯੂ ਸਰ।